ਸੁਣਾ ਜੀ ਛੱਡੀ ਤੁਹਾਡਾ ਵੈਸੇ ਹਿਮਾਲਿਆ ਪਰਬਤ ਨਾ ਕਦੋਂ ਕੀ ਰੱਖਿਆ ਰੱਖਿਆ ਕਿੰਨੇ ਰੱਖਿਆ ਤੇ ਕਦੋਂ ਲੈਣਾ ਲੋਕਾਂ ਨੇ ਸ਼ੁਰੂ ਕੀਤਾ ਹੈ ਹਿਮਾਲਿਆ ਪਰਬਤ ਪਿਆਰੇ ਦੋਸਤਾਂ ਨੂੰ ਪਿਆਰੇ ਭਰੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ। ਮੈਂ ਤੁਹਾਡਾ ਹਰਮਨ ਪਿਆਰਾ ਰਾਜਾ ਚੋਲੇ ਵਾਲਾ ਲੈ ਕੇ ਆ ਗਿਆ ਜੀ ਕਬੱਡੀ ਦਾ ਇੱਕ ਹੋਰ ਸ਼ਾਨਦਾਰ ਵਲੋਗ। ਅਤੇ ਅੱਜ ਆਪਾਂ ਚੱਲੇ ਹਾਂ ਜੀ ਨੱਥੂ ਚੱਕ ਦੀ ਧਰਤੀ 'ਤੇ। ਅਤੇ ਨੱਥੂ ਚੱਕ ਦੇ ਮੈਚ ਤੁਹਾਨੂੰ ਪਤਾ ਕਾਫੀ ਜ਼ਿਆਦਾ ਮਸ਼ਹੂਰ ਆ ਸਾਡੇ ਏਰੀਏ ਤਰਨ ਤਾਰਨ ਦੇ ਵਿੱਚ ਮੈਚ ਆ, ਅਤੇ ਜਾ ਕੇ ਉੱਥੇ ਬਣਾਉਂਦੇ ਹਾਂ ਵੀਡੀਓ। ਬਾਕੀ ਇੱਕ ਤੁਹਾਨੂੰ ਮੈਂ ਪਿਛਲੇ ਦਿਨਾਂ ਤੋਂ ਕੁਛ ਦਿਨਾਂ ਤੋਂ ਆਪਣੇ ਵੀਡੀਓ ਦੇ ਵਿੱਚ ਬੋਲ ਦਿੰਦਾ ਕਿ ਮੈਂ ਚੈਨਲ ਬਣਾਇਆ, ਸਬਸਕ੍ਰਾਈਬ ਕਰਿਓ, ਪਰ ਮੇਰੀ ਗਲਤੀ ਇਹ ਹੁੰਦੀ ਸੀ ਕਿ ਮੈਂ ਭੁੱਲ ਜਾਂਦਾ ਸੀ ਚੈਨਲ ਬਾਰੇ, ਉਹਦੀ ਫੋਟੋ ਵੀ ਦਿਖਾਈ ਨਹੀਂ ਤੁਹਾਨੂੰ ਅਤੇ ਉਹਦਾ ਲਿੰਕ ਵੀ ਨਹੀਂ ਦਿੱਤਾ। ਅਤੇ ਆਹ ਉਹ ਚੈਨਲ ਆ, ਅਤੇ ਇਸ ਚੈਨਲ ਦੇ ਉੱਤੇ ਜੋ ਰਾਜਾ ਚੋਲੇ ਵਾਲਾ ਚੈਨਲ ਆ, ਜਿੱਥੇ ਤੁਸੀਂ ਇਸ ਵਕਤ ਵੀਡੀਓ ਦੇਖਦੇ ਪਏ, ਜਿੱਥੇ ਆਪਾਂ ਕਬੱਡੀ ਦੀਆਂ ਵੀਡੀਓ ਪਾਉਂਦੇ ਹਾਂ, ਠੀਕ ਆ, ਸ਼ੁਰੂ ਤੋਂ ਪਾਉਂਦੇ ਆਏ ਅਤੇ ਪਾਉਂਦੇ ਹੀ ਰਹਾਂਗੇ। ਅਤੇ ਇਹ ਜਿਹੜਾ ਵਾ ਨਵਾਂ ਚੈਨਲ ਬਣਾਇਆ ਵਾ ਨਾ, ਇਹ ਬਣਾਇਆ ਵਾ ਫੈਮਿਲੀ ਬਲੌਗ ਵਾਸਤੇ। ਅਤੇ ਪਲੀਜ਼ ਜ਼ਰੂਰ ਸਪੋਰਟ ਕਰਿਓ, ਸਬਸਕ੍ਰਾਈਬ ਕਰਿਓ, ਥੱਲੇ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਦਿੱਤਾ ਵਾ, ਚੈਨਲ ਦੇ ਵਿੱਚ ਕਮੈਂਟ ਦੇ ਵਿੱਚ ਵੀ ਪਿੰਨ ਕੀਤਾ ਵਾ। ਇਹ ਚੈਨਲ ਦੇ ਉੱਤੇ ਆਪਾਂ ਬਹੁਤ ਵਧੀਆ ਵਧੀਆ ਚੀਜ਼ਾਂ ਪਾਇਆ ਕਰਾਂਗੇ। ਹੁਣ ਮੰਨ ਲਓ ਵੀ ਆਹ ਵਾਲੇ ਚੈਨਲ ਦੇ ਉੱਤੇ ਬਲੌਗ ਘੱਟ ਤੋਂ ਘੱਟ 30 ਮਿੰਟ ਦਾ ਹੁੰਦਾ ਵਾ, ਅਤੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਕਿਉਂਕਿ ਮੈਂ ਮੈਚ ਫੁੱਲ ਦਿਖਾਉਣਾ ਹੁੰਦਾ ਅਤੇ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਕਿ ਮੈਂ ਨਹੀਂ ਦਿਖਾ ਸਕਦਾ। ਜੇ ਮੈਂ ਦਿਖਾਵਾਂ ਤਾਂ ਬਲੌਗ ਘੰਟੇ ਦਾ ਬਣ ਜਾਣਾ। ਜਿਹੜੀਆਂ ਚੀਜ਼ਾਂ ਮੈਂ ਨਹੀਂ ਦਿਖਾ ਸਕਦਾ ਨਾ, ਉਹੀ ਚੀਜ਼ਾਂ ਮੈਂ ਆਹ ਵਾਲੇ ਚੈਨਲ 'ਤੇ ਤੁਹਾਨੂੰ ਸ਼ੇਅਰ ਕਰਿਆ ਕਰੂੰਗਾ। ਬਾਕੀ ਪਲੀਜ਼ ਜ਼ਰੂਰ ਸਪੋਰਟ ਕਰਿਓ, ਅਤੇ ਨਾਲੇ ਆਹ ਵਾਲੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ। ਆਪਣੇ 1 ਲੱਖ ਸਬਸਕ੍ਰਾਈਬਰ ਆਪਾਂ ਬਹੁਤ ਜਲਦ ਕੰਪਲੀਟ ਕਰਨ ਵਾਲੇ ਹਾਂ, ਅਤੇ ਤੁਹਾਡਾ ਸਾਰਿਆਂ ਦਾ ਥੈਂਕ ਯੂ, ਤੁਸੀਂ ਹਮੇਸ਼ਾ ਹੀ ਸਪੋਰਟ ਕੀਤਾ। ਵੈਸੇ ਮੈਂ ਇੰਨਾ ਕਦੇ ਸੋਚਿਆ ਨਹੀਂ ਕਿ ਮਤਲਬ ਕੋਈ ਮੈਨੂੰ ਜਾਣੂਗਾ, ਪਰ ਕਬੱਡੀ ਨੇ ਵੀ ਬਹੁਤ ਪਿਆਰ ਦਿੱਤਾ, ਕਬੱਡੀ ਨੂੰ ਦੇਖਣ ਵਾਲਿਆਂ ਨੇ ਵੀ ਬਹੁਤ ਪਿਆਰ ਦਿੱਤਾ। ਮੈਨੂੰ ਦੇਖਣ ਵਾਲੀਆਂ ਅੱਖਾਂ, ਮੈਨੂੰ ਸੁਣਨ ਵਾਲੇ ਕੰਨ ਹਮੇਸ਼ਾ ਹੀ ਰਾਜ਼ੀ ਰਹਿਣ। ਅਤੇ ਬਾਕੀ ਆਓ ਚੱਲੀਏ ਮੈਚ 'ਤੇ। ਨਾਲੇ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦੱਸਣੀ ਸੀ ਕਿ ਯੂਟਿਊਬ ਨੇ ਆਪਾਂ ਨੂੰ ਸੁਪਰ ਥੈਂਕਸ ਦੀ ਵੀ ਆਪਸ਼ਨ ਦੇ ਦਿੱਤੀ ਆ। ਜਿਹੜੇ ਮੇਰੇ ਵੀਰ ਅਮਰੀਕਾ, ਕਨੇਡਾ, ਨਿਊਜ਼ੀਲੈਂਡ, ਦੁਬਈ, UAE ਜਿੱਥੇ ਰਹਿੰਦੇ ਆ, ਅਤੇ ਉਹ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ ਮੈਨੂੰ ਸੁਪਰ ਥੈਂਕਸ ਵੀ ਭੇਜ ਸਕਦੇ ਆ, ਤੁਸੀਂ ਦੇ ਸਕਦੇ ਜੇ, ਥੈਂਕਸ ਦੀ ਆਪਸ਼ਨ ਆ ਚੁੱਕੀ ਆ। ਅਤੇ ਥੈਂਕ ਯੂ ਜਿਹੜੇ ਜਿਨ੍ਹਾਂ ਨੇ ਭੇਜਤਾ, ਉਹਨਾਂ ਨੂੰ ਥੈਂਕ ਯੂ। ਕੱਲ੍ਹ ਸਾਡਾ ਨੱਥੂ ਚੱਕ ਆ ਚੁੱਕਿਆ ਜੀ, ਅਤੇ ਚੌਥਾ ਮੈਚ ਆਇਆ। ਕਾਫੀ ਜ਼ਿਆਦਾ ਵੇਟ ਕਰਨੀ ਪੈਣੀ ਅੱਜ, ਟੀਮਾਂ ਹੈਗੀਆਂ 8। ਜਾ ਕੀ ਲੈਣੇ ਚਾਹ ਆ ਚੁੱਕੀ ਹੈ ਜੀ, ਚੰਗਾ ਜੀ। ਛੱਡੀ ਤੁਹਾਡਾ ਵੈਸੇ ਹਿਮਾਲਿਆ ਪਰਬਤ ਨਾ ਕਦੋਂ ਕੀ ਰੱਖਿਆ ਕਿੰਨੇ ਰੱਖਿਆ ਤੇ ਕਦੋਂ ਲੈਣਾ ਲੋਕਾਂ ਨੇ ਸ਼ੁਰੂ ਕੀਤਾ ਹੈ ਹਿਮਾਲਿਆ ਪਰਬਤ? ਹਾਂਜੀ, ਕਦੋਂ ਕਹਿਣ ਲੱਗੇ? ਨਹੀਂ ਯਾਦ, ਕਨੇਡਾ ਰੱਖਿਆ ਮੈਨੂੰ ਯਾਦ ਆ। ਕਨੇਡਾ ਚ? ਹਾਂ ਪੱਕਾ ਪੱਕਾ ਹੀ ਯਾਦ, ਕਨੇਡਾ ਰੱਖਿਆ। ਕਿੰਨੇ? ਮੈਨੂੰ ਇੰਨਾ ਨਹੀਂ ਪਤਾ, ਰੱਬ ਦਾ ਰੂਪ ਹੁੰਦੀ। ਹਾਂਜੀ, ਜਿਹੜੇ ਲੋਕ ਹੈ ਨਾ, ਇਹ ਬੰਦੇ ਨੂੰ ਚੜਾਉਂਦੇ ਵੀ ਲਾਉਂਦੇ ਵੀ ਲੋਕ ਹੈ। ਹਾਂਜੀ, ਤੇ ਆਪਾਂ ਜੇਕਰ ਆਪਣਾ ਜਿਹੜਾ
ਚਿਹਰਾ ਨਾ ਹਾਂਜੀ ਦੋ ਚਿਹਰੇ ਨੇ ਹਾਂਜੀ ਜੋ ਆਪਣੇ ਦਿਲ ਚ ਆਣਾ ਹਾਂਜੀ ਤੇ ਉਹੀ ਆਪਣਾ ਫੇਸ ਤੇ ਹਾਂਜੀ ਕਈਆਂ ਬੰਦਿਆਂ ਚ ਦੋ ਦੋ ਰੂਪ ਹੁੰਦੇ ਆ ਡਬਲ ਫੇਸ ਹੁੰਦੇ ਆ ਡਬਲ ਫੇਸ ਆਪਾਂ ਉਹ ਨਹੀਂ ਦੁਨੀਆਂ ਜੱਜ ਕਰ ਲੈਂਦੀ ਜਿਹੜੀ ਸੰਗਤ ਆ ਨਾ ਉਹ ਜੱਜ ਕਰ ਲੈਂਦੀ ਕਿੱਦਾਂ ਦਾ ਬੰਦਾ ਹਾਂਜੀ ਤੇ ਸੰਗਤ ਨੂੰ ਆਪਣੇ ਬਾਰੇ ਪਤਾ ਕਿੱਦਾਂ ਦੇ ਆਪਾਂ ਹਾਂਜੀ ਠੀਕ ਆ ਤੇ ਆਪਾਂ ਓਨੀ ਕੁ ਗੱਲ ਕਰੀਦੀ ਜਿੰਨੀ ਕੁ ਆਪਾਂ ਜੋਗੇ ਹੈਗੇ ਹਾਂਜੀ ਵੱਧ ਗੱਲ ਨਹੀਂ ਕਰਦਾ ਮੈਂ ਬਿਲਕੁਲ ਹਾਂਜੀ ਬਾਕੀ ਸੰਗਤ ਬੜਾ ਪਿਆਰ ਕਰਦੀ ਆ ਤੇ ਇਹਦਾ ਤੇ ਦੇਣ ਆਪਾਂ ਹਾਂਜੀ ਜਨਮ ਚ ਕੀ ਅਗਲੇ ਚੋਂ ਨਹੀਂ ਦੇ ਸਕਦੇ ਹਾਂਜੀ ਡਾਇਟ ਪਲਾਨ ਨੂੰ ਸਾਡੇ ਨੂੰ ਬਹੁਤ ਹੀ ਵਧੀਆ ਰਿਸਪੋਂਸ ਮਿਲਿਆ ਪਹਿਲੀ ਵੀਡੀਓ ਪਾਈ ਪਲਾਨ 40,000 ਵਿਊ ਚੱਲੇ ਚੱਲਦੀ ਜਾਂਦੀ ਚੱਲਦੀ ਚੱਲੀ ਜਾਂਦੀ ਆ ਤੇ ਆਪਾਂ ਅੱਜ ਵੀ ਲੈ ਕੇ ਆਉਣਾ ਬਲੌਗ ਹਾਂਜੀ ਅੱਜ ਰਾਤ ਨੂੰ ਪੁਰਾਣੇ ਨੂੰ ਵੈਸੇ ਕੱਲ ਹੀ ਆ ਜਾਣਾ ਸੀ ਪਰ ਕੱਲ ਪਹਿਲਵਾਨ ਨੂੰ ਨਹੀਂ ਗਏ ਲੇਟ ਹੋ ਗਿਆ ਮੈਂ ਕੱਲ ਨਾ ਹਾਂਜੀ ਚੱਲ ਗਿਆ ਰਾਜੇ ਘਰ ਦਾ ਕੰਮ ਜਿਹਾ ਹੁੰਦਾ ਥੋੜਾ ਜਿਹਾ ਜੀ ਹਾਂਜੀ ਲਿਆਉਣੀਆਂ ਸੀ ਸਮਾਨ ਜਿਹਾ ਲਿਆਉਣਾ ਸੀ ਉੱਧਰ ਚੱਲ ਗਿਆ ਹਾਂਜੀ ਫਿਰ ਲੇਟ ਹੋ ਗਿਆ ਫਿਰ ਰੂਹ ਜੀ ਨਾ ਬਣੇ ਨਾ ਕੋਈ ਚੀਜ਼ ਹਾਂਜੀ ਫਿਰ ਉਹ ਜ਼ਿਆਦਾ ਸਵਾਦ ਹਾਂ ਜਿਹੜੀ ਫੀਲਿੰਗ ਨਾ ਬਣੇ ਨਾ ਘਰੇ ਜਾ ਕੇ ਸਮਾਨ ਸਮੂਨ ਤੇ ਸਾਰਾ ਹੈਗਾ ਵਾ ਹਾਂਜੀ ਤੇ ਘਰੇ ਜਾ ਕੇ ਆਪਾਂ ਬੰਦਿਆਂ ਨੂੰ ਵਧੀਆ ਪੂਰਾ ਕੰਮ ਜਗਾੜ ਤੇ ਇਹ ਜਿਹੜੇ ਡਾਇਟ ਪਲਾਨ ਦੇ ਵਲੋਗ ਆ ਇਹ ਆਉਣੇ ਆ ਗੋਪੀ ਫਰੰਦੀਪੁਰ ਚੈਨਲ ਤੇ ਜ਼ਰੂਰ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ 60% ਆਡੀਅੰਸ ਆ ਜਿਹੜੀ ਉੱਦਾਂ ਵੇਖ ਜਾਂਦੀ ਆ ਤੇ 40% ਸਬਸਕ੍ਰਾਈਬ ਆ ਬਾਕੀ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਮਿਲਦੇ ਆ ਗਰਾਊਂਡ ਦੇ ਵਿੱਚ ਚਾਹ ਚੂ ਪੀ ਕੇ ਹੁਣ ਬਈ 4:30 ਦਾ ਸਮਾਂ ਆ ਗਿਆ ਹੁਣ ਚੱਲੇ ਆਪਾਂ ਮੈਦਾਨ 'ਚ ਮੈਦਾਨ ਦੇ ਵਿੱਚ ਆ ਗਿਆ ਤੇ ਮੈਚ ਕਾਫੀ ਜ਼ਿਆਦਾ ਤਕੜਾ ਹੋਣ ਵਾਲਾ ਪਹਿਲੀ ਰੇਡ ਪੈਣ ਜਾ ਰਹੀ ਆ ਸਮਾਨ ਕਰ ਰਿਹਾ ਆ ਸਮਾਨ ਕਰ
ਕਾਕਾ ਕਬੱਡੀ ਪਾਉਣ ਲਈ ਤਿਆਰ ਹੈ। ਕਾਕਾ ਸਮਾਨ ਭਾਈ ਵਾਲਾ ਮੇਰੇ ਮਿੱਤਰੋਂ ਕਨੇਡਾ ਖੇਡਿਆ, ਚਾਚੇ ਵੱਡੇ ਹੈ, ਸੰਦੀਪੁਰੀਆ ਤਿਆਰ ਹੈ। ਪ੍ਰੀਤ ਦਾ ਕਹਿੰਦੇ ਭਾਈ ਲੱਡੂ ਵਾਲਾ ਮੇਰੇ ਮਿੱਤਰ, ਉੱਧਰ ਕਹਿੰਦੇ ਸਾਬਾ ਗੋਜਾ ਦੁਬਲੀ ਪਿੰਡ ਵਾਲਾ ਮੇਰੇ ਮਿੱਤਰ, ਸਾਬਾ ਗੋਜਾ ਧਰਮਾ ਵਾ ਸਾਬੇ। ਸਪਰੇ ਭੁਜਦੀ ਘਰ ਰਹੀ ਹੈ, ਡਿੱਪੀ ਸਾਹਿਬ ਤੱਕ ਸਪਰੇ ਭਗ ਰਿਹਾ ਹੈ। ਆਹ ਸੋਲਾ ਮਾਰਾ ਹੰਦਾ, ਇਹਨੂੰ ਮੰਗੀ ਕਹਿੰਦੇ ਆ ਦੁਨੀਆ, ਇਹ ਲਾਵਾ ਮੰਗੀ ਜਿਵੇਂ ਦੁਨੀਆ ਰੰਗ ਚ ਰੰਗੀ, ਇੱਕ ਬੱਗੇ ਪਿੰਡਵਾ ਇੱਕ ਆਹ ਮੰਗੀ, ਆਹ ਕੋਸ਼ਿਸ਼ ਕਰਦਾ ਪਰ ਲੀਲਾ ਮੇਘ ਸਿੰਘ ਵਾਲਾ ਪਿੰਡ ਹੈ ਵਿੱਚ ਦੇ ਨਾਲ
ਨਾਲ ਲਾਲੀ ਦੇ ਯਾਰੀ ਮੁੰਡੇ ਆ ਗਏ ਕੌਡੀ ਖੇਡਣ ਨੂੰ, ਉਹ ਨਾਲ ਲਾਲੀ ਦੇ ਯਾਰੀ ਪਰ ਇਧਰ ਦੇ ਪਾਸੇ ਪਵਾਲੇ ਵਾਲਾ ਤੇ ਗੁਰਪ੍ਰੀਤ, ਉਹ ਠਿਕਰੀ ਆਈ ਆ, ਉਹ ਠਿਕਰੀ ਆਈ ਆ ਮਾਲਵੇ ਵਾਲਾ, ਉਹ ਧਰਤੀ ਮਾਲਵੇ ਦੀ ਮੁੰਡੇ ਅੱਤ ਕਰਾਉਣੇ ਜੰਮਦੀ ਹੈ, ਉਹ ਧਰਤੀ ਮਾਲਵੇ ਦੀ ਮੁੰਡੇ ਅੱਤ ਕਰਾਉਣੇ ਜੰਮਦੀ ਹੈ, ਪਗਾਲੇ ਵਾਲਾ ਸੁੱਖਾ ਆਓ ਗੁਰ ਕਿਤੇ ਕਿਤੇ ਕਰ ਹੀ ਜਾਂਦੇ ਆ, ਤੱਤਾ ਰਹਿ ਥੋੜਾ ਕੋ ਭਾਰੀਆਂ ਨੇ ਜਿਹਨਾਂ ਨੇ ਪਹਿਲੇ ਕੁਆਟਰ ਦੀਆਂ ਖੇਡੀਆਂ ਤਿਆਰੀਆਂ ਨੇ,
ਜਿੱਤੀ ਉਹ ਸੈਨੀ ਚ ਪੁੱਜੂਗੀ, ਜਿਹੜੀ ਜਿੱਤੀ ਉਹਨੇ ਸੈਨੀ ਚ ਆਹ ਘਮਾਨਾਂ ਦੇ ਨਾਲ ਖੇਡਣਾ। ਪਰ ਇਧਰਲੇ ਪਾਸੇ ਦੇਖਦੇ ਆ ਆਹ ਕਾਲਾ ਭਾਈ ਮੇਰੇ ਮਿੱਤਰੋ, ਪਹਿਲੀਆਂ ਚ ਟਰੈਕਟਰ ਦੇ ਤੇ, ਪਹਿਲੀਆਂ ਚ ਗੱਡੀਆਂ ਦੇ ਦੀਆਂ, ਉਧਰ ਬਿੱਲਾ ਗਿੱਲ ਦੀਨੇ ਵਾਲੀਆਂ ਕਹਿੰਦਾ ਫਰੰਦੀ ਪੁਰੀ ਗੋਪੀ ਦਾ ਇੱਕੋ ਜੱਫਾ। ਅੱਜ ਦੀਨੇ ਆ ਹਰਕਤ ਕਰਨ ਤਾਰਨ ਐਵੇਂ ਥੋੜੀ ਜੱਟ ਲੰਗਰ ਤੋਂ ਆ ਗਿਆ, ਫਰੰਦੀਪੁਰ ਦੇ ਕੱਪ ਦੇ ਐਵੇਂ ਥੋੜੀ ਜੱਟ ਲੰਗਰ ਤੋਂ ਆ ਗਿਆ। ਪਿਆਰ ਕਰਕੇ ਆਇਆ, ਯਾਰੀ ਕਰਕੇ ਆਇਆ, ਵੇਲਾ ਵੱਡਾ ਚੱਲਦਾ ਹੈ। ਆਕਾਸ਼ ਦੀ ਪਾਈ ਸਰਵੇੜ ਹੈ, ਮਾਲਵਾ ਕਬੱਡੀ ਕਲੱਬ ਲੋਕੋ, ਤੋਤਾ ਸਿੰਘ ਵਾਲੇ ਦੀ ਟੀਮ, ਆਹ ਵੱਡੇ ਪ੍ਰਮੋਟਰਾਂ ਦੀ ਟੀਮ ਹੈ। ਗੁਰਪ੍ਰੀਤ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ, ਦੇਖ ਰਹੇ ਹਾਂ ਉਧਰ ਖੇਡ ਦੇ ਮੈਦਾਨ ਦੇ ਵਿੱਚ ਬਲਕਾਰ ਸਿੰਘ ਹਰਿਆਣਾ ਕਬੱਡੀ ਦਾ ਖਿਡਾਰੀ ਹੈ, ਗੋਡੇ ਦਾ ਲੈਗਾਮੈਂਟ ਹੈ। ਪਰਿਵਾਰ ਦੇ ਵਿੱਚ ਗਰੀਬੀ ਹੈ, 75-80 ਕਿਲੋ ਦਾ ਬੜਾ ਤਾਪਣਾ ਜਾਫੀ ਜਿਹਾ ਹੈ। ਅੱਜ ਮੈਦਾਨ ਦੇ ਵਿੱਚ ਆਵੇਗਾ ਤਾਂ ਆਪਾਂ ਮਾਨ ਸਨਮਾਨ ਜ਼ਰੂਰ ਕਰਨਾ ਸਾਰਿਆਂ ਨੇ। ਸਰਕਾਰ ਆਇਆ ਹੋਇਆ ਪਰ ਇਧਰਲੇ ਪਾਸੇ ਉਹ ਭਰੀ ਬਾਲ ਚਰੀ ਬਾਲ ਲੱਗਦਾ ਯਾਰ, ਉਹ ਧਰਤੀ ਮਾਰ ਦੇ ਵੀ ਬੱਲੇ ਬੱਲੇ ਖਿਡਾਰੀ ਹੈ, ਬੱਲੇ ਬੱਲੇ ਰਿਸ਼ ਮੋਟਰਸਾਈਕਲ ਦੇ ਕੇ ਮਾਨ ਸਨਮਾਨ ਬਖਸ਼ਿਆ, ਧੰਨਵਾਦ ਅਰਜੀ ਰਹਾਂਗੇ। ਅੱਜ ਦੇ ਮੇਲੇ ਲਈ 11,000 ਬੈਸਟਾਂ ਨੂੰ ਦਿੱਤੇ ਜਾਣੇ ਆ। ਉਹ ਗੋਪੀ ਬਾਈ ਘਰ ਦਾ ਮੇਲਾ ਚੱਲਦਾ, ਉਹ ਘਰ ਦਾ ਮੇਲਾ ਚੱਲਦਾ ਪ੍ਰੀਤ। ਭਾਈ ਪਿੰਡ ਵਾਲਾ ਮੇਰੇ ਮਿੱਤਰੋ ਕਬੱਡੀ ਪਾ ਰਿਹਾ, ਭਾਈ ਕੀ ਸਮਾਨ, ਭਾਈ ਕੀ ਬੋਲੀ, ਭਗਤਾ ਭਾਈ, ਤਲਵੰਡੀ ਭਾਈ, ਆਹ ਭਾਈਆਂ ਭਾਈਆਂ ਦੀ ਗੱਲ ਚੱਲਦੀ ਹੈ ਮੇਰੇ ਮਿੱਤਰੋ। ਸਮਾਨ ਭਾਈ ਵਾਲਾ ਇੱਧਰ ਕਹਿੰਦੇ ਨੌਜਵਾਨ ਜੋਗੇ ਵਾਲੀ ਹੈ, ਅੱਗ ਲੱਗੀ ਵੀ ਕਹਿੰਦੇ ਜਵਾਬ ਜਦੋਂ ਵਿਛੜਿਆ ਪੰਜਾਬ, ਪੰਜਾਬ ਕੋਲ ਚੋਟੀ ਦਾ ਮੈਚ ਚੱਲਦਾ ਫਰੰਦੀਪੁਰ ਤੇ ਕਹਿੰਦੇ ਮਾਲਵਾ ਕਬੱਡੀ ਕਲੱਬ ਲੋਕੋ ਤੋਤਾ ਸਿੰਘ ਵਾਲੀ ਦੀ ਟੀਮ ਦੇ ਦਰਮਿਆਨ ਨਵੀਂ ਰਮਨ ਨੀਤਾ ਵਿਰਾਮ ਨੀਤਾ ਝਾਂਗੇ ਵਾਲਾ ਕਬੱਡੀ ਪਾ ਰਿਹਾ ਨੀਤਾ ਝਾਂਗੇ ਵਾਲਾ। ਅੱਜ ਦੇ ਕਹਿੰਦੇ ਬੈਸਟਾਂ ਨੂੰ 11,000 ਉਹ ਦੁਬਈ ਦੇ ਵਿੱਚ ਰਹਿੰਦਾ ਸੁੱਖ ਘਰਿਆਲੀ ਵਾਲਾ ਨਾਲ ਸਭੇ ਟਰਾਂਸਪੋਰਟ ਵਾਲਾ ਭਰਾ ਹੈ ਭਾਈ ਤੇ ਸੁਖ ਘਰਿਆਲੀ, ਇਹ ਮਾਝੇ ਦੇ ਉਹ ਪ੍ਰਮੋਟਰ ਹੈ ਜਿਹੜੇ ਦੁਬਈ ਦੇ ਵਿੱਚ ਰਹਿ ਕੇ ਕਹਿੰਦੇ ਖਿਡਾਰੀਆਂ ਦਾ ਮਾਣ ਵੱਡੇ ਪੱਧਰ ਤੇ ਕਰ ਰਿਹਾ ਹੈ। ਭਰਾਵਾਂ ਦਾ ਧੰਨਵਾਦ ਹੈ, ਸਤਨਾਮ ਭੰਗੂ ਜਾ ਵਸਿਆ ਅਮਰੀਕਾ ਦੀ ਧਰਤੀ ਦੇ ਉੱਪਰ। ਸਾਰੇ ਬੰਨੇ ਪਾਸੇ ਕਬੱਡੀ ਕਬੱਡੀ ਹੁੰਦੀ ਹੋਈ ਆ ਨਵੇਂ ਪਿੰਡ ਕਰਦਾ ਇਹਨਾਂ ਭਰਾਵਾਂ ਦੇ ਉੱਪਰ ਜਿਹੜੇ ਬਹਿਰੀਨ ਦੇ ਵਿੱਚ ਬੋਲ ਬੋਲ ਕੇ ਆਏ ਹੈ। ਇੱਕ ਵਾਲਿਆ ਗੁਰਪ੍ਰੀਤ ਕਬੱਡੀ ਪਾ ਰਿਹਾ ਤੇ ਲੰਡਨ ਤੋਂ ਦੇਖ ਰਿਹਾ ਬਿੱਲਾ ਗਿੱਲ ਦੀਨੇ ਆਈ ਆ। ਅੱਜ ਦੇ ਕੱਪ ਦਾ ਗੋਲਡ ਸਪੌਂਸਰ ਹੈ ਹਰਜਿੰਦਰ ਸਿੰਘ ਗਿੱਲ ਆ ਪੁੱਜਿਆ ਹੋਇਆ ਇਹ ਮਾਝੇ ਵਾਲਾ। ਗੁੱਪੀ 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 ਨਜ਼ਾਰੇ ਥੋੜੀਆਂ ਚੋਟਾਂ ਨੇ ਥੋੜੀਆਂ ਸੱਟਾਂ ਪੇਟਾਂ ਨੇ ਗੁਰਪੀ ਤੋਂ ਹੌਸਲਾ ਕਰ ਸੋਣਿਆ
ਹੌਸਲਾ ਕਰੋ ਵੀਰਿਆ, ਹੌਸਲਾ ਕੱਪੜ ਸੌਣ ਦਾ। ਉਧਰ ਖੇਡ ਕਬੱਡੀ ਵੱਡੀ ਹੈ, ਅੱਜ ਦੇ ਮੇਲੇ ਤੇ ਵੱਡੀ ਦਰਸ਼ਨ ਲੱਗੀ ਹੋਈ ਹੈ। ਸਤਿਕਾਰਯੋਗ ਮਾਝਾ ਕਬੱਡੀ ਟੀਵੀ ਵਾਲੇ ਵੀਰ ਲਾਈਵ ਕਰਦੇ ਆ। ਇੱਧਰ ਕਹਿੰਦੇ ਕਬੱਡੀ ਪੈਰੀ ਹੈ, ਇਹ ਨੌਜਵਾਨ ਕਹਿੰਦੇ ਖੇਡ ਮਾਰੂਗੇ ਗੱਲਾਂ ਦੀ ਧਰਤੀ ਦਾ। ਇਹਨੂੰ ਜੋੜਿਆ ਸਮੇਂ ਤੋਂ, ਕਾਫੀ ਸਮੇਂ ਤੋਂ ਗਰਾਊਂਡ ਦੇ ਵਿੱਚ ਦੌੜ ਲਾ ਰਿਹਾ ਹੈ। ਇਹਨੂੰ ਬੇਨਤੀ ਹੈ ਰੁਕ ਜਾਵੇ ਦਾ ਮਾਨ ਸਨਮਾਨ ਜ਼ਰੂਰ ਕਰਿਓ ਸਾਰੇ ਭਰਾ। ਕੋਰੇ ਆਇਆ ਸੁਖਬੀਰ ਕਬੱਡੀ ਪਾ ਰਿਹਾ ਹੈ, ਡਾਕਟਰ ਰਾਮ ਆਇਆ ਹੋਇਆ ਸੁਰ ਸਿੰਘ ਵਾਲਾ ਤੇ ਰਾਮ ਸਿੰਘ ਗੁਰਮਾਰੀ ਅੱਜ ਲਾਈਵ ਵੀਡੀਓ ਹੋਇਆ ਬਠਿੰਡੇ ਤੋਂ। ਆਹ ਕੀਪਾ 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 ਆਹ ਮਾਰਵੇ ਵਾਲਾ ਜੋਗੇ ਵਾਲੀਆ ਕਮਾਲ ਕਰਦਾ ਆ। ਪਰ ਇਧਰਲੇ ਪਾਸੇ ਬਲਕੀਰ ਸਿੰਘ ਦੀ ਟੀਮਾਂ ਕੀ ਇਸ਼ਾਰਾ ਕਰਨਗੇ ਪੁਆਇੰਟ ਕਿਹੜੇ ਪਾਸੇ ਹੈ। ਬੜਾ ਸ਼ਾਨਦਾਰ ਮੁਕਾਬਲਾ ਚੱਲ ਰਿਹਾ ਬਾਈ ਗੁਰਮੇਰ ਕਰੇ ਇਹ ਬਣਿਆ ਕੀ ਉਧਰ ਰੈਫਰੀ ਗੋਪੀ ਕੋਲੇ ਖੜ ਗਏ, ਇਹਦਾ ਕੌਣ ਖੜਾ ਛਡਾਊ? ਕੋਰੀ ਸੁਮੀਰ ਦਾ ਕੌਣ ਖੜਾ ਛਡਾਊ? ਇੱਕ ਬਾਈ ਕਹਿੰਦਾ ਨਾ ਹੋਟਲ ਖੜਾ ਛਡਾਊ। ਵਾਹਿਗੁਰੂ ਵੀਰ ਕਰੇ ਰੌਲਾ ਪੈ ਗਿਆ। ਵੱਡਾ ਸਾਹਿਬ ਕਬੱਡੀ ਕਲੱਬ ਅਰਮਦਾਸ ਤੇ ਬਾਬਾ ਵਿਧੀ ਚੰਦ ਸਾਹਿਬ ਕਬੱਡੀ ਕਲੱਬ ਸੁਰ ਸਿੰਘ ਤਾਬੇ ਭਰਾ ਦੀ ਟੀਮ ਹੈ। ਆਉਣਗੇ ਮੰਨ ਲਓ ਕਬੱਡੀ ਪਾਉਣ ਦੇ ਲਈ ਬਣਿਆ ਆਇਆ ਖੇਡ ਦੇ ਮੈਦਾਨ ਦੇ ਵਿੱਚ ਦੇਖਦੇ ਹੈ। ਉਹ ਪਾਉਂਦੀ ਸੀ ਕਬੱਡੀ ਹੈ, ਚਾਰ ਜਾਫੀਆਂ ਦੇ ਉੱਪਰ ਬੋਲਿਆ ਹੋਇਆ ਭਾਵ ਹੈ। ਕੌਣ ਫਲ ਪਾਵੇਗਾ, ਕੌਣ ਡੱਗ ਪਾਵੇਗਾ, ਕੌਣ ਜੱਫਾ ਲਾ ਕੇ ਬੱਲੇ ਬੱਲੇ ਕਰਾਵੇਗਾ। ਔਰ ਉਧਰਲੇ ਪਾਸੇ ਲੋਕੀ ਚਾਰੋ ਕਹੋ ਜੀ ਸਰ ਸਰਪੰਚ ਉਹ ਬਾਬਾ ਦੱਸਦਾ ਸੀ ਜੀ ਸਪੋਰਟਸ ਕਲੱਬ ਉਹ ਸੱਦੇ ਦੇ ਰਹੇ ਹੈ ਕਿ ਕੈਰੋ ਦਾ ਖੇਡ ਮੇਲਾ 24 ਨੂੰ ਹੋਵੇਗਾ। ਇਤਿਹਾਸ ਸਿਰਜੇ ਜਾਣੇ ਹੈ, ਅੱਜ ਵੀ ਰਿਕਾਰਡ ਬਣਦੇ ਹੈ। ਆਹ ਸਮਾਦ ਭਾਈ ਵਾਲਾ ਆਹ ਕਾਕਾ ਕਬੱਡੀ ਪਾ ਰਿਹਾ, ਹੁਣ ਦੇਖਾਂਗੇ ਚਾਰਾਂ ਦੇ ਵਿੱਚੋਂ ਸੁੱਖ। ਆਹ ਭਗਾਰੇ ਪਿੰਡ ਵਾਲਾ ਇਹ ਬੱਲੇ ਬੱਲੇ ਕਰਾਉਂਦਾ ਹੋਇਆ ਆਹ ਨਵਾਂ ਮੁੰਡਾ ਸਰਾ ਕਰਾ ਰਿਹਾ ਇਹ ਸਵਾਦ ਕਬੱਡੀ ਦਾ ਆਹ ਸਵਾਦ। ਔਰ ਇਧਰਲੇ ਪਾਸੇ ਮੰਨਣਾ ਪੈਣਾ, ਮੰਨਣਾ ਪੈਣਾ, ਇਹ ਮੰਨਣਾ ਪੈਣਾ ਵੀਰ ਬਣ ਕੇ ਮੰਨਣਾ ਪੈਣਾ। ਸਾਰੇ ਤਾਂ ਪਤਾ ਹੀ ਆਪਣੀ ਯਾਰ ਚਾਣਕ ਲੱਗ ਜੇ ਤਾਂ ਗੱਲ ਵੱਖਰੀ ਹੈ। ਹਰ ਤਾਂ ਰੈਫਰੀ ਵੀ ਗੱਲ ਹੁੰਦਾ, ਹਰ ਤਾਂ ਖਿਡਾਰੀ ਵੀ ਨਹੀਂ ਗੱਲ ਹੁੰਦਾ। ਪਤਾ ਤੁਹਾਨੂੰ ਵੀ ਹੈ, ਪਤਾ ਸਾਨੂੰ ਵੀ ਹੈ, ਪਤਾ ਰੈਫਰੀ ਨੂੰ, ਪਤਾ ਦੁਨੀਆਂ ਨੂੰ ਵੀ ਹੈ ਕੀ ਹੋਇਆ ਕੀ ਹੈ। ਸੀਗਾ ਪਰ ਬਠਿੰਡੇ ਦੇ ਵਿੱਚ ਰਮਦਾਸ ਤੇ ਸੁਰ ਸਿੰਘ ਇਹ ਟੀਮਾਂ ਮੈਦਾਨ ਦੇ ਵੱਲ ਆ ਜਾ। ਨਿੱਕਾ ਮੱਖੀ ਵੀ ਚੁੱਕਿਆ ਸਾਡਾ ਵੀਰ ਕਨੇਡਾ ਤੋਂ, ਕਹਿੰਦੇ ਇੰਡੀਆ ਖੇਡ ਆਇਆ ਹੋਇਆ ਮੱਖੀ ਕਰਨ ਵਾਲਾ ਸੁੱਖ ਸਾਡਾ ਵੀਰ ਹੈ। ਹੱਥ ਦੇ ਨਾਲ ਸਾਨੂੰ ਲੱਗਦਾ ਮੈਦਾਨ ਦੇ ਵਿੱਚ ਸ਼ੁਰੂ ਕਰਾਉਣੀ ਅੱਜ ਦੇ ਮੇਲੇ ਦੇ ਲਈ ਵਾਹਿਗੁਰੂ ਮੇਹਰ ਕਰੇ ਇਹੋ ਜਿਹੇ ਦਿਨ ਕਦੇ ਕਿਸੇ ਦੇ ਨਾਲ ਲੈ ਕੇ ਆਉਂਦੇ ਕਿਉਂਕਿ ਪਲੇਅਰ ਨੂੰ ਪਤਾ ਹੈ
ਜਾਂ ਦੇਖੋ ਜਿਹੜਾ ਸਾਬਾ ਆਉਂਦਾ ਹੈ ਸਿੰਘਾਪੁਰ ਵਾਲੀ ਦੀ ਟੀਮ ਹੈ ਸੁੱਖੇ
ਮਾਮੂਲੇ ਦੀ ਭਿੰਦਰ ਦੀ ਸਵਰਨੇ ਘੋੜੀਆਂ ਦੀ ਐਲ ਹੋ ਗਈ। ਬਹੁਤ ਤਕੜਾ ਮੁਕਾਬਲਾ ਹੈ, ਬਹੁਤ ਤਕੜਾ ਮੁਕਾਬਲਾ ਹੈ। ਦੇਖ ਲਓ ਚਨਾਵ ਦੇ ਵਿੱਚ ਮੈਚ ਕਾਫੀ ਜ਼ਿਆਦਾ ਮਾਗਿਆ ਜੇ ਮਿੱਤਰ, ਜਿੱਥੇ ਵੀ ਹੋ ਗਏ ਬਰਾਬਰ। ਰੈਫਰੀ ਵੀ ਪੰਜ ਸੱਤ ਦਾ ਰੈਫਰੀ ਵੀ ਚੋਟੀ ਦੇ ਬਣੀ ਕੀ ਜਾਂਦਾ। ਬਈ ਲੜਾਈ ਹੋਈ ਹੋਈ ਜਾਂਦੀ ਅੱਜ ਵਾਲੇ ਮੈਚ ਚ। ਹੁਣ ਫਿਰ ਕੀ ਹੋਇਆ, ਇੱਧਰ ਵਾਲਾ ਦਾ ਜਿਹੜਾ ਰੇਡਰ ਸੀ ਥੋੜਾ ਲੇਟ ਹੋ ਗਿਆ, ਇੱਧਰ ਵਾਲਿਆਂ ਨੇ ਕਬੱਡੀ ਪਾ ਤੀ ਤੇ ਉੱਥੇ ਹੋ ਗਈ ਲੜਾਈ। ਫਿਰ ਕਬੱਡੀ ਦੀ ਟਾਸ ਕਰ ਦੋ, ਜਿਹਨੇ ਸਿਆਉਂਦੀ ਆ ਆਉਣ ਦੇ ਉਹਨੇ ਕਿਤੇ ਭੁੱਲ ਗਈ ਆਪਾਂ, ਜਿਹਦੇ ਹਿੱਸੇ ਆਉਣੇ ਆਉਣ ਦੀਏ। ਫਿਰ ਇੱਟੀ ਨੇ ਹੁਣ ਫੈਸਲਾ ਲਿਆ ਵਾ, ਜਿਹਦੇ ਨੰਬਰ ਪਹਿਲਾਂ 11 ਹੋ ਗਏ ਉਹ ਜਿੱਤ ਲਊ। ਕਾਕਾ ਕਹਿੰਦਾ ਦੌੜ ਵਾਲੀ ਕਬੱਡੀ ਆ ਪੈਣ ਲੱਗੀ ਮੇਰੇ ਮਿੱਤਰੋ। ਹੁਣ ਉਤਾਰੇ ਹੋਣੇ ਆ, ਹੁਣ ਉਤਾਰੇ ਹੋਣੇ ਆ, ਹੁਣ ਉਤਾਰੇ। ਫੈਸਲਾ ਹੋ ਗਿਆ, ਕਬੱਡੀ 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 ਇੱਧਰਲੇ ਪਾਸੇ ਗਾ ਕਿਤੇ ਦੁੱਖ ਦੌੜ ਰਹੇ ਉਸ ਦਾਦਾ। ਆਹ ਢਾਂਗੇ ਵਾਲਾ ਆ ਗਿਆ ਗੋਪੀ, ਹੈ ਰਾਦਾ ਇਹ ਦੇਖ ਰਿਹਾ, ਇਹ ਕਬੱਡੀ ਹੈ, ਇਹ ਕਬੱਡੀ ਵਾਲੀ ਖੇਡ, ਇਹ ਬੱਲੇ 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 ਹੋ ਰਹੀ ਹੈ। ਆਹ ਢਾਂਗੇ ਵਾਲਾ ਤੇ ਕੀਤਾ ਚੋਗੇ ਵਾਲੀ ਆ, ਇਹ ਕਰਦਾ ਕਨਾਲ ਫੜਿਆ ਗੁੱਟ, ਲੱਗਦਾ ਜ਼ੋਰ ਪੈ ਗਈ ਪੁੱਠੀ ਗੋਪੋ। ਇਹ ਬੱਲੇ 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 ਆਹ ਭੰਗੜੇ ਪਾਉਂਦੇ ਨਾਲ ਮੇ ਆ ਕਬੱਡੀ ਪਾਰ ਲਈ, ਆਹ ਕਬੱਡੀ ਪਾਰ ਲਈ ਮਸਤ ਗੜੀ ਹੈ। ਕਾਸ਼ ਕਬੱਡੀ ਪਾਰਿਆ, ਇੱਕ ਪਾਸੇ ਵੇਖਦੇ ਆ ਘੋੜੀ ਵਾਲਾ ਹਰਮਨ ਹੈ, ਹੁਣ ਦੇਖਾਂਗੇ ਫੈਸਲੇ ਕੀ ਹੈ। ਇਹ ਕਬੱਡੀ ਪਾਰੀ ਹੈ, ਮਸਤ ਗੜੀ ਆ, ਮਸਤ ਗੜੀ ਆ, ਉਹ ਬਰਗਰ ਦੱਤ ਮਾਰਦਾ ਗੁਰਪ੍ਰੀਤ ਆ ਗਿਆ। ਕਬੱਡੀ ਪਾਰ ਦੇ ਵਾਸਤੇ ਦੇਖਦੇ ਆ, ਮਾਝੇ ਦੀ ਧਰਤੀ ਨੱਥੂ ਚੱਕ ਲੈ, ਆਹ ਚੱਲਦਾ ਵੇਲਾ ਜਿਹੜੀ ਜਿੱਤੀ ਸੈਮੀ ਚ ਬੁੱਝੂ। ਆਹ ਕਬੱਡੀ ਕਬੱਡੀ ਹੁੰਦੀ ਹੋਈ ਮਾਰਵਾ ਮਾਝਾ ਟੋਪੀ ਟੋਪੀ ਹੋਰ ਟੋਪੀ ਦੀ ਗੋਪੀ ਨਾਲ ਟੱਕਰ, ਇਹ ਬੱਲੇ ਬੱਲੇ ਗੁਗੀ ਸਾਹਿਬ ਦੋਨਾਂ ਪਾਸੇ ਜਿਹੜਾ ਜੋਹਾ ਲਾਓ ਉਹਦੇ ਲਈ 500-500 ਹੋ ਰਹੇ ਹੈ। ਦਿਲਬਾਗ ਸਿੰਘ ਜੀ, ਸਰਦਾਰ ਲਾਲਜੀਤ ਸਿੰਘ ਜੀ, ਭੂਪ ਸਾਹਿਬ ਵੱਡੀਆਂ ਜੰਗੇ ਮਾਰੀਆਂ ਸਤਾਦਾ ਆ ਜਾ। ਹੋਰ ਕਬੱਡੀ ਪੈ ਗਈ, ਕਬੱਡੀ ਪੈ ਗਈ ਮੇਰੇ ਮਿੱਤਰੋ। ਨੰਬਰ ਕੀ ਦਾ ਨੰਬਰ ਕੀ ਦਾ ਆਏ ਤਾਂ ਹੈ।
ਅਵਤਾਰ ਨਹਿਰੂ ਦਾ ਤੇ ਸਰਕਾਰ ਕਰਦੇ ਵੇਖੋ 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 ਇਹਨਾਂ ਨੇ ਆ ਪ੍ਰੀ ਆਓ ਦੁੱਖ ਤੋਂ ਵੀ ਆਉਂਦੇ ਆ ਮਾਤੀ ਆਓ ਸ਼ਕੰਦਰ ਧਾਰੀਆ ਕਹਿੰਦਾ ਵੀ ਦੇਸੀ ਗੋਦਾ ਪੀਪਾ ਆਪਾਂ ਕਾਸ਼ ਨੂੰ ਦੇਣਾ ਮਸਤਗੜ ਵਾਲੇ ਨੂੰ ਸਿੰਘਪੁਰੀਆ ਰਾਣਾ ਬੈਠਾ ਯਾਰ ਸਾਡਾ ਆਓ ਕਹਿੰਦੇ ਤਗੜਾ ਮੈਚ ਬੱਲੀ ਸਾਹਿਬ ਦਾ ਆ ਕੇ ਅੱਕੇ ਪਏ ਕਦੋਂ ਦੇ ਆਏ ਬੜੇ ਤਗੜੇ ਹੈ ਇਹ ਕਬੱਡੀ ਆਏ ਹੈ ਇਹ ਲਿਸ਼ਕ ਦੇ ਪਿੰਡੇ ਆਹ ਮੁੰਡਿਆਂ ਨੇ ਮਿਹਨਤ ਕੀਤੀ ਹੋਈ ਹੈ ਅੱਜ ਸਵਾਦ ਵਧੇ ਹੈ ਇੱਕ ਪਾਸੇ ਗੱਗੀ ਲੋਕੋ ਮਾਰਵਾ ਤੇ ਦੂਜੇ ਪਾਸੇ ਮਹਾਤਮਾ ਗਾਂਧੀ ਦੀ ਚਾਚੀ ਉਹ ਫੈਂਦੀ ਗੁਰਾਰੇ ਠੀਕ ਹੈ।